ਹਾਂਜੀ ਕਿਸਾਨੋ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲਸ ਵਿੱਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਸੋ ਜਿਹੜੀ ਝੋਨੇ ਦੀ ਫਸਲ ਦੀ ਜਿਹੜੀ ਕਟਾਈ ਆ ਉਹ 50% ਤੋਂ ਉੱਤੇ ਹੋ ਗਈ ਕਿਉਂਕਿ ਕਾਫੀ ਝੋਨਾ ਜਿਹੜਾ ਲੇਟ ਸੀਗਾ ਤੇ ਨਾਲ ਨਾਲ ਜਿਹੜੀ ਲਿਫਟਿੰਗ ਹੋ ਰਹੀ ਆ ਤੇ ਨਾਲ ਨਾਲ ਹੀ ਕਣਕ ਦੀ ਬਿਜਾਈ ਵੀ ਕਿਸਾਨ ਵੀਰ ਕਰ ਰਹੇ ਆ ਨਾਲ ਨਾਲ ਵਾਢੀ ਵੀ ਅਜੇ ਤੱਕ ਚੱਲ ਰਹੀ ਆ ਝੋਨੇ ਦੀ ਸੋ ਜਿਹੜਾ ਮੇਰਾ ਵੀਡੀਓ ਬਣਾਉਣ ਦਾ ਮੁੱਖ ਮਕਸਦ ਹੈ ਕਿ ਅਗਲੇ ਸਾਲ ਲਈ ਆਪਾਂ ਅ ਕਿਸਮ ਦੀ ਵਿਆਉਤ ਮੰਦੀ ਬੀਜ ਰੱਖਣਾ ਜਿਹੜਾ ਕਿਉਂਕਿ ਹਰ ਸਾਲ ਹੀ ਨਵੀਆਂ ਕਿਸਮਾਂ ਮੌਕੇ ਤੇ ਸੀਜ਼ਨਲ ਕਿਸਮਾਂ ਜੀ ਨੂੰ ਆਪਾਂ ਕਹਿ ਦਿੰਦੇ ਨੇ ਮੌਕੇ ਤੇ ਬਾਜ਼ਾਰ ਚ ਆਉਂਦੀਆਂ ਨਵੀਆਂ-ਨਵੀਆਂ ਕੋਈ ਪ੍ਰਾਈਵੇਟ ਕਿਸਮਾਂ ਝੋਨੇ ਦੀਆਂ ਕਿਹੜਾ ਜੀ ਇੰਨਾ ਝਾੜ ਹੈ ਦਾ 40 ਟੋਨ ਤੇ ਦਾ 42 ਕੁੰਟਲ ਦਾ 44 ਕੁੰਟਲ ਤੇ ਫਾਈਨਲ ਰਿਪੋਰਟ ਹੈ ਜਿਹੜੀ ਝੋਨੇ ਦੀ ਤਕਰੀਬਨ ਆ ਹੀ ਚੁੱਕੀ ਹੈ ਥੱਲੇ ਕਮੈਂਟ ਕਰਕੇ ਵੀ ਤੁਸੀਂ ਦੱਸਦੇ ਆ ਜੇ ਇੱਕ ਪ੍ਰਾਈਵੇਟ ਕਿਸਮ ਕਿਸਾਨ ਵੀਰਾਂ ਨੇ ਕਾਫੀ ਰਗ ਵਿੱਚ ਲਾਈ ਸੀਗੀ ਤੇ ਕਈ ਕਿਸਾਨ ਵੀਰਾਂ ਨੂੰ ਜਿਹੜਾ ਉਹ ਚ ਕਾਫੀ ਰਗੜਾ ਲੱਗਿਆ ਕਈ ਥਾਵਾਂ ਤੇ ਚੰਗਾ ਝਾੜ ਆ ਕਿਉਂਕਿ ਆਪਣਾ ਆਪਾਂ ਤਾਂ ਚਾਹੁੰਦੇ ਆ ਕਿ ਸਾਰਾ ਵਧੀਆ ਝਾੜ ਹੀ ਹੋਵੇ ਪਰ ਬੇਨਤੀਆਂ ਵੀ ਨਾਲ ਕਰਦੇ ਰਹੇ ਨੇ ਕਿ ਜਿਹੜੀਆਂ ਪਿਛਲੇ ਸਾਲਾਂ ਦੀਆਂ ਜਿਹੜੀਆਂ ਪਰਖੀਆਂ ਹੋਈਆਂ ਕਿਸਮਾਂ ਨੇ ਉਹਦੇ ਹੀ ਟਰੱਕ ਬਾਲਾਓ ਨਵੀਆਂ ਕਿਸਮਾਂ ਮਗਰ ਬਹੁਤਾ ਨਾ ਭਜੋ ਤੇ ਜੇ ਮੈਂ ਗੱਲ ਕਰਾਂ ਝੋਨੇ ਦੀ ਇਸ ਵਾਰ ਜਿਆਦਾ ਰਕਬੇ ਦੇ ਵਿੱਚ ਜਿਵੇਂ ਪੀਆ 131 126 ਪੂਸਾ ਜਿਹੜਾ ਹੈਗਾ ਪੂਸਾ 44 ਡੋਗਰ ਪੂਸਾ ਪੀਲੀ ਪੂਸਾ ਉਹ ਵੀ ਕਾਫੀ ਲੱਗੀ ਸੀ 14 ਵੀ ਲੱਗੀ ਹੋਰ ਕਿਸਮਾਂ ਵੀ ਸਾਰੀਆਂ ਤਕਰੀਬਨ ਲੱਗਦੀਆਂ ਨੇ ਵਿੱਚ ਪ੍ਰਾਈਵੇਟ ਕਿਸਮਾਂ ਵੀ ਲੱਗਦੀਆਂ ਨੇ ਜੇ ਮੈਂ ਗੱਲ ਕਰਾਂ ਤੁਸੀਂ ਵੀ ਆਪ ਦਾ ਝਾੜ ਥੱਲੇ ਕਮੈਂਟਾਂ 'ਚ ਦੱਸ ਦਿਓ ਜੇ ਵੱਧ ਦੱਸਣਾ ਵੱਧ ਦੱਸ ਦਿਓ ਮਤਲਬ ਸਹੀ ਜਿਹੜਾ ਦੱਸਣਾ ਘੱਟ ਜਿਹੜਾ ਹੈ ਜਿੰਨਾ ਘੱਟ ਹੋਇਆ ਜੇ ਕਿਸੇ ਦਾ ਉਹ ਵੀ ਦੱਸ ਦਿਓ ਜੇ ਪਰ ਜਿਹੜੀ PR126 ਆ ਇਹ ਸਵਾਰ ਵੀ ਨੰਬਰ 1 ਰਹੀ ਹੈ ਸਾਰੀਆਂ ਕਿਸਮਾਂ ਚੋਂ ਜੇ ਆਪਾਂ ਓਵਰਆਲ ਲਈਏ ਕਿਉਂਕਿ ਆਪਾਂ ਔਸਤ ਸਾਰੇ ਪਾਸੇ ਦੀ ਦੇਖਣੀ ਹੁੰਦੀ ਹੈ ਸਾਰੇ ਵੱਡੇ ਰਕਬੇ ਦੇ ਵਿੱਚ ਤਾਂ PR126 ਟੌਪ ਤੇ ਰਹੀ ਹੈ PR131 ਦਾ ਝਾੜ ਵੀ ਬਰਾਬਰ ਵਾਂਗੂ ਰਿਹਾ ਪਰ ਕਈ ਥਾਵਾਂ ਤੇ ਉਹ 10-15 ਮਣ ਦਾ ਫਰਕ ਪਿਆ ਉਹਦੇ ਵਿੱਚ ਜੋ ਮੈਂ ਦੇਖਿਆ ਕਿ ਜਿਹੜਾ ਫਰਕ ਪਿਆ ਉੱਥੇ ਕੀ ਫਰਕ ਪੈਂਦਾ ਪlant population ਦਾ ਫਰਕ ਪੈਂਦਾ ਬੂਟਿਆਂ ਦੀ ਗਿਣਤੀ ਦਾ ਲਵਾਈ ਦੇ ਟਾਈਮ ਦਾ ਖਾਦ ਦਾ ਆਪਣਾ ਪ੍ਰਬੰਧ ਦਾ ਵੱਡਾ ਕਾਰਨ ਫਿਰ ਆਪਣੀ ਜਿਹੜੀ ਜ਼ਮੀਨ ਦੀ ਕਿਸਮ ਆ ਜਾਂਦੀ ਹੈ ਜਿਹੜੀ ਪੂਸਾ ਜਤਾਲੀ ਡੋਗਰ ਪੂਸਾ ਵੱਧ ਸਮੇਂ ਵਾਲੀ ਕਿਸਮ ਹੈ ਜੇ ਆਪਾਂ ਕਹਿ ਦਈਏ ਕਿ ਇਹਦੇ ਬਰਾਬਰ ਵੀ ਝਾੜ ਗਈ ਕਿਸਾਨ ਵੀਰਾਂ ਨੇ ਲੈ ਲਿਆ ਹੋਊਗਾ ਪਰ ਕਈ ਥਾਵਾਂ ਤੇ ਉਹ ਚ ਫੋਕ ਵੀ ਕਾਫੀ ਬਣੀ ਆ 75 ਮਣ ਵਾਲੇ ਜਿਹੜੀ ਆ ਰਿਪੋਰਟ ਆ ਉਹ ਵੀ ਆਈ ਹੈ ਤੇ ਅਸੀਂ 85 ਮਣ 90 90 ਮਣ ਵਾਲੀ ਜਿਹੜੀ ਰਿਪੋਰਟ ਵੀ ਆਈ ਆ ਪਰ ਇਹ ਜੇ ਆਪਾਂ ਇੰਨਾ ਝਾੜ ਵੱਧ ਸਮੇਂ ਵਾਲੀ ਕਿਸਮ ਤੋਂ ਲੈ ਰਹੇ ਆ ਤਾਂ ਉਹ ਕੋਈ ਬਾਲੀ ਵੱਡੀ ਗੱਲ ਨਹੀਂ ਹੈਗੀ ਜੇ PR126 ਆਪਾਂ ਨੂੰ ਪੂਰਾ ਝਾੜ ਦੇ ਰਹੀ ਹੈ ਜਿਹਦੇ ਵਿੱਚ ਆਪਾਂ ਇੱਕ ਦੋ ਸਪਰੀਆਂ ਦੇ ਨਾਲ ਘੱਟ ਖਰਚੇ ਨਾਲ ਘੱਟ ਸਮੇਂ ਚੰਗਾ ਝਾੜ ਲੈ ਰਹੇ ਆ ਤਾਂ ਫਿਰ ਆਪਾਂ ਇਹ ਕਿਸਮ ਨੂੰ ਕਿਸਮ ਨੂੰ ਤਰਜੀਹ ਦੇਵਾਂਗੇ ਤੇ ਇਹਦੇ ਨਾਲ ਹੀ ਇਹ ਕਲੀਅਰ ਆ ਨੋਟ ਕਰ ਲਓ ਅਗਲੇ ਸਾਲ ਪੀਆ 126 ਦਾ ਰਕਬਾ ਵਧ ਲੱਗੂਗਾ ਜਿਨ੍ਹਾਂ ਦੇ ਕਿਸਮ ਲੱਗੀ ਸੀ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਉਹ ਤੋਂ ਪਹਿਲਾਂ ਇੱਕ ਵੀਡੀਓ ਪਾਈ ਸੀਗੀ ਜਦੋਂ ਝੋਨੇ ਦੀ ਕਟਾਈ ਸ਼ੁਰੂ ਹੋਈ ਸੀ ਕਿ ਆਪ ਦਾ ਸਾਫ਼ ਪਲਾਟ ਬਿਨਾ ਜਿੱਥੇ ਨਰੀਨ ਵਾਲੇ ਬੂਟੇ ਹੈ ਨਹੀਂ ਜਿੱਥੇ ਬਿਮਾਰੀ ਵਾਲੇ ਬੂਟੇ ਹੈ ਨਹੀਂ ਜਿੱਥੇ ਦਾਗੀ ਦਾਣੇ ਹੈ ਨਹੀਂਗੇ ਤੇ ਛਾਂ ਵਾਲੇ ਥਾਮਾ ਨੂੰ ਦਰਖਤਾਂ ਦੇ ਹੀਠਾਂ ਨੂੰ ਛੱਡ ਕੇ ਵਟਾਂ ਬੰਨਿਆਂ ਦੇ ਨੇੜੋਂ 2-4 ਲਾਈਨਾਂ ਛੱਡ ਕੇ ਤੇ ਜਿੱਥੋਂ ਪੂਰੇ ਸਾਫ਼ ਦਾਣੇ ਵਾਲੇ ਬੂਟੇ ਆਪਾਂ ਕੱਢ ਕੇ ਤੇ ਉਹਨਾਂ ਨੂੰ ਝਾੜ ਕੇ ਵੱਢ ਕੇ ਝਾੜ ਕੇ ਰੱਖਣੇ ਆ ਕਮੈਨ ਦੀ ਟੈਂਕੀ ਚੋਂ ਬੀਜ ਨਹੀਂ ਰੱਖਣਾ ਮੰਡੀ ਵਾਲੇ ਢੇਰ ਚੋਂ ਬੀਜ ਨਹੀਂ ਰੱਖਣਾ ਇਹ ਮੈਂ ਤੁਹਾਨੂੰ ਵਾਰ-ਵਾਰ ਬੇਨਤੀ ਕਰਦਾ ਅਗਲੀ ਵਾਰ ਸਭ ਤੋਂ ਵੱਧ ਰੱਖਵਾ ਪੀਆਰ 131 ਪੀਆਰ 126 ਇਨ੍ਹਾਂ ਕਿਸਮਾਂ ਦਾ ਲੱਗੂਗਾ ਇਸ ਤੋਂ ਇਲਾਵਾ ਪੀਆਰ 114 ਜਿਹੜੀ ਉਹ ਵੀ ਹਰ ਸਾਲ ਜਿਹੜੇ ਕਿਸਾਨ ਵੀ ਲਾਉਂਦੇ ਉਹਨਾਂ ਨੂੰ ਮਾਫਕੁ ਬਹਿੰਦੀ ਜਿਨ੍ਹਾਂ ਨੂੰ ਕਿਤੇ ਕਿਤੇ ਜਿਹੜਾ ਹੈਗਾ ਇਹ ਚ ਬਿਮਾਰੀ ਦੀ ਸਮੱਸਿਆ ਆ ਜਾਂਦੀ ਹੈ ਮਗਰੋਂ ਆ ਕੇ ਬਲਾਈਟ ਵਗੈਰਾ ਥੋੜੀ-ਬੋਤੀ ਪੈ ਜਾਂਦੀ ਕਿਉਂਕਿ ਪੁਰਾਣੀ ਕਿਸਮ ਹੋ ਗਈ ਹੈ ਤੇ ਜਿਹੜੀਆਂ ਬਾਸਮਤੀ ਕਿਸਮਾਂ ਦੇ ਵਿੱਚ ਹੈ ਬਾਸਮਤੀ ਕਿਸਮਾਂ ਦੇ ਵਿੱਚ 1509 11 21 17 18 1692 ਬਹੁਤ ਵਧੀਆ ਚੜ ਰਿਹਾ ਰੇਟ ਵੀ ਠੀਕ ਹੈ 1847 ਦੇ ਵਿੱਚ ਜਿੱਥੇ ਕਿਸਾਨ ਵੀਰਾਂ ਨੂੰ ਹੋ ਸਕਦਾ 1847 1885 1886 ਨਵੀਆਂ ਕਿਸਮਾਂ ਸੀ ਜਿਨ੍ਹਾਂ ਨੇ ਵੱਧ ਰਕਬਾ ਲਾਇਆ ਉਹਨਾਂ ਨੂੰ ਕਿਸਾਨ ਵੀ ਇਹਨਾਂ ਨੂੰ ਥੋੜਾ ਜਿਹਾ ਘਸਾਰਾ ਇਹਦੇ ਵਿੱਚ ਕਿਉਂਕਿ ਕਈ ਥਾਵਾਂ ਤੇ ਕੋਈ ਬਿਮਾਰੀ ਦੇਖਣ ਨੂੰ ਮਿਲੀ ਕਈ ਥਾਵਾਂ ਤੇ ਉਹਨਾਂ ਨੂੰ ਰੇਟ ਨਹੀਂ ਸਹੀ ਮਿਲਿਆ ਕਈ ਥਾਵਾਂ ਤੇ ਦਾਗ ਹੀ ਦਾਣੇ ਆਏ ਸੋ ਨਵੀਂ ਕਿਸਮ ਦੇ ਵਿੱਚ ਆਪਾਂ ਤਾਂ ਹੀ ਕਹਿੰਨੇ ਹੋਣਗੇ ਨਵੀਂ ਕਿਸਮ ਇਹਤ ਜਿਆਦਾ ਰਕਬਾ ਨਹੀਂ ਲਾਉਣਾ ਜਿਹੜੀ ਪਰਖੀ ਹੋਈ ਕਿਸਮਾ ਉਹਦੇ ਇਹਠਾਂ ਸਭ ਤੋਂ ਜਿਹੜਾ ਵੱਧ ਠੋਕੇ ਰਕਬਾ ਲਾਓ ਨਵੀਂ ਕਿਸਮ ਇਹਦਰ ਅੱਧਾ ਇਕੜ 1 ਇਕੜ ਲਾਓ ਥੱਲੇ ਕਮੈਂਟ ਕਰਕੇ ਜਰੂਰ ਦੱਸਿਓ ਜੇ ਕਿਹੜੀ ਕਿਸਮ ਵਧੀਆ ਰਹੀ ਆ ਪ੍ਰਾਈਵੇਟ ਕਿਸਮਾਂ ਦੇ ਵਿੱਚ ਜੇ ਤੁਸੀਂ ਲਾਉਣਾ ਵੀ ਆ ਤਾਂ ਥੋੜੀ ਜਿਹਾ ਕੱਟ ਤੋਂ ਕੱਟ ਰਕਬ ਵੱਡਾ ਜਿਹੜਾ ਹੈਗਾ ਤੁਹਾਨੂੰ ਬੇਨਤੀ ਆ ਵੱਡੀ ਗੁਜ਼ਾਰਸ਼ ਆ ਕਿ ਹਾਈਬ੍ਰਿਡ ਕਿਸਮਾਂ ਬਿਲਕੁਲ ਨਾ ਲਾਓ ਆਪਾਂ ਆਪਦੇ ਹੱਥੋਂ ਆਪਣੀਆਂ ਜਿਹੀਆਂ ਪੀਆ 126 ਜਾਂ ਹੋਰ ਪੀਆ ਕਿਸਮਾਂ ਨੇ ਬਹੁਤ ਵਧੀਆ ਆਪਣਾ ਬੀਜ ਆ ਇਹ ਨਾ ਆਪਾਂ ਆਪਦੇ ਹੱਥੋਂ ਗਵਾਈਏ ਕਿ ਹਾਈਬ੍ਰਿਡ ਕਿਸਮਾਂ ਨੂੰ ਆਪਾਂ ਤਰਜੀਹ ਦੇਣੀ ਸ਼ੁਰੂ ਕਰ ਦਈਏ ਆਪਣਾ ਬੀ ਆਪਣੇ ਹੱਥੋਂ ਖੋਸ ਜੇ ਸੋ ਇਹ ਬੇਨਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ